ਅਗਲੇ ਦਿਨ ਸਵੇਰੇ ਉੱਠ ਖੜੇ ਆ, ਟਾਈਮ 5 ਵੱਜ ਗਏ, ਸੂਰਜ ਜਿਹਾ ਮੀਂਹ ਪੈਂਦਾ ਪੂਰਾ ਅਤੇ ਸਾਹ ਲੈਣ 'ਚ ਆਕਸੀਜਨ ਲੈਣ 'ਚ ਮਾੜੀ ਜਿਹੀ ਕਮੀ ਹੁੰਦੀ ਹੈ। ਹਾਂ ਵੀ ਰੋਹਨ, ਝਰਨੇ ਥੱਲੇ ਆ ਕੇ ਕੀ ਲੱਗਿਆ ਫਿਰ? ਬਾਈ ਪੈਰਾਂ ਨੂੰ ਲੱਗਿਆ ਪਾਣੀ, ਕਾਂਬਾ ਚੜਾਤਾ ਪਾਣੀ ਨੇ ਪੂਰਾ ਪੂਰਾ। ਉਹ ਦੇਖ ਪਿੱਛੇ ਬੱਦਲ ਚੈੱਕ ਕਰ, ਬੱਦਲ ਦਾ ਪਿਆ ਰਿਪੋਰਟਾਂ। ਲਓ ਵੀ ਮਿੱਤਰੋ, ਬਰਫ਼ ਚੱਕ ਲਈ ਆਪਾਂ ਨੇ ਉੱਥੋਂ, ਪੱਟ ਲਿਆਂਦੀ, ਚੱਕ ਲੈ ਵੀ ਬਰਫ਼, ਫੜ ਫੜ ਬਰਫ਼ ਹੱਥ 'ਚ, ਚੱਕ ਕਰਾ ਫੋਟੋ, ਆਹ ਚੱਕ ਮੁੰਡੇ ਦੀ ਖਿੱਚਦੀ ਫੋਟੋ, ਠੰਡੀ ਤਾਂ ਨਹੀਂ, ਠੰਡੀ ਤਾਂ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਸ੍ਰੀ ਹੇਮਕੁੰਟ ਸਾਹਿਬ ਪਹੁੰਚ ਗਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਆਪਾਂ ਹੁਣ ਅਗਲੇ ਦਿਨ ਸਵੇਰੇ ਉੱਠ ਖੜੇ ਹਾਂ, ਟਾਈਮ 5 ਵੱਜ ਗਏ ਅਤੇ ਆਪਾਂ ਹੁਣੇ ਯਾਤਰਾ ਸਟਾਰਟ ਕੀਤੀ ਹੈ ਗੋਬਿੰਦ ਧਾਮ ਤੋਂ, ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਦੀ। ਹਾਂ ਚੜ੍ਹਾਈ ਪੂਰੀ ਆ, ਪਹਿਲੀ ਚੜ੍ਹਾਈ ਆ, ਬਾਰਿਸ਼ ਹੋ ਰਹੀ ਆ, ਬਾਰਿਸ਼ ਹੁੰਦੀ ਆ, ਰੇਨਕੋਟ ਪਾਏ ਹੋਏ ਆ ਰੋਹਨ, ਉਹਨਾਂ ਨੇ ਵੀ ਆਪਣਾ ਵੀ ਅੱਗੇ ਵੀ ਤੁਰਨਾ ਤਾਂ ਵਾ। 4 ਵਜੇ ਸੀ, ਸਾਨੂੰ ਆਏ ਸੀ ਵੀ ਸੰਗਤ ਕੀ ਪਤਾ ਤੁਰੀ ਹੋਵੇ ਨਾ ਤੁਰੀ ਹੋਵੇ, ਸੰਗਤ ਤਾਂ ਸਭ ਤੋਂ ਪਹਿਲਾਂ ਵੀ ਫਿਰਦੀ ਆ, ਸੰਗਤ ਆਪਣੇ ਤਾਂ ਘੰਟਾ ਪਹਿਲਾਂ ਨਿਕਲ ਗਈ, ਆਪਾਂ ਕਮਰੇ 'ਚ ਬੈਠੇ ਦਿੱਖੀ ਜਾਂਦੇ। ਹਾਂਜੀ, ਬਾਕੀ ਵਿਊ ਚੈੱਕ ਕਰੋ, ਐਡਾ ਕੋਈ ਚੱਕਰ ਨਹੀਂ, ਟਾਈਮ ਸਿਰ ਆਪਾਂ ਪਹੁੰਚਣਾ। ਲਓ ਜੀ 5ਵਾਂ ਵਾਟਰਫਾਲ, 5ਵਾਂ ਦੇਖੋ ਜੀ, 5ਵਾਂ ਵਾਟਰਫਾਲ ਆ ਗਿਆ ਆਪਾਂ, ਆਹ ਰਾਹ ਵਾ, ਤਿਲਕਣ ਹੋਈ ਪਈ ਆ, ਅੜਜਾੜੀ ਆ, ਵਿਊ ਚੈੱਕ ਕਰੋ, ਵਾਟਰਫਾਲ ਦੇਖੋ ਨਜ਼ਾਰੇ, ਬੜਾ ਹੀ ਘੰਟ ਬਾਅਦ ਸੀ, ਖੱਚਰ ਵੀ ਚੱਲੇ ਆ, ਦੋ ਵਾਟਰਫਾਲ ਨੇ, ਬਾਕੀ ਚੜ੍ਹਾਈਆਂ ਬਹੁਤ ਨੇ, ਨਜ਼ਾਰਾ ਚੈੱਕ ਕਰੋ। ਆਇਆ ਵੀ ਰੋਹਨ, ਖਿੱਚ ਗਏ ਲਓ ਵੀ ਮਿੱਤਰੋ, ਵਾਟਰਫਾਲ ਚੈੱਕ ਕਰੋ ਨੇੜਿਓ, ਪੂਰੀ ਘੈਂਟ ਲੋਕੇਸ਼ਨ ਆ, ਚੜ੍ਹਾਈ ਚੈੱਕ ਕਰੋ ਕਿੰਨੀ ਥੱਲੇ ਨੂੰ, ਉੱਥੋਂ ਆਏ। ਹਾਂ ਵੀ ਰੋਹਨ, ਕੀ ਕਹਿੰਦੀ ਹੈ ਚੜ੍ਹਾਈ? ਚੜ੍ਹਾਈ ਅੱਜ ਬਾਈ ਕੱਲ੍ਹ ਨਾਲ ਔਖੀ ਆ, ਥੋੜ੍ਹੀ ਸਾਹ ਫੁੱਲਦਾ ਨਾ, ਸਾਹ ਫੁੱਲਦਾ ਬਾਈ, ਸਿੱਧੀ ਚੜ੍ਹਾਈ ਆ, ਸਿੱਧੀ ਆ, ਕੱਲ੍ਹ ਨਾਲ ਔਖੀ ਆ ਬਾਈ, ਆਪਣੇ ਰੁਕ ਰੁਕ ਕੇ ਸਫ਼ਰ ਕਰੇ ਜੇ ਕਿਸੇ ਨੇ ਆਉਣਾ ਬਾਈ, ਸਹੀ ਗੱਲ, ਪੌਣਾ ਘੰਟਾ ਪਹਿਲਾਂ ਤੁਰਪੋ, ਹਾਂ ਵਿਊ ਚੈੱਕ ਕਰਾ ਬਾਈ, ਚੈੱਕ ਕਰੋ, ਦੇਖੋ ਚੱਲਣੇ ਕਿੰਨਾ ਨਾ, ਸਿੱਧੀ ਆ ਜੀ ਆਪਣੀ ਯਾਤਰਾ ਲਗਾਤਾਰ ਸਟਾਰਟ, ਤੁਹਾਨੂੰ ਪਤਾ ਹੀ ਹੈ ਜਿਵੇਂ ਆਪਾਂ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਨੂੰ ਚੱਲੇ ਸੀ ਸੁਬਹਾ 5 ਵਜੇ, ਅਤੇ ਹੁਣ ਆਪਾਂ ਪਹੁੰਚ ਗਏ ਹਾਂ, ਕੀ ਕਹਿ ਹੁੰਦੇ ਆ, 2 ਕਿਲੋਮੀਟਰ ਪਹੁੰਚ ਗਏ ਹਾਂ, ਆਪਾਂ
ਆਪਣੀ ਯਾਤਰਾ ਲਗਾਤਾਰ ਸਟਾਰਟ ਆ, ਮਤਲਬ ਕਿ ਰੱਬ ਦੀ ਕਿਰਪਾ ਨਾਲ ਆਪਾਂ ਅੱਗੇ ਤੋਂ ਅੱਗੇ ਜਾਈ ਜਾਂਦੇ ਹਾਂ। ਅਤੇ ਮੈਨੂੰ ਲੱਗਦਾ 2 ਕੁ ਕਿਲੋਮੀਟਰ ਤਾਂ ਆਪਾਂ ਗੋਮੀ ਧਾਮ ਤੋਂ ਕਰਤਾ, ਬਾਤ ਵੀ ਮਾੜੀ ਖਰਾਬ ਹੋਈ ਪਈ ਆ ਅਤੇ ਸਾਹ ਵੀ ਬਹੁਤ ਹੁੰਦਾ ਵਾ, ਅਤੇ ਉਰੇ ਮਤਲਬ ਕਿ ਬਾਰਿਸ਼ ਵੀ ਹੋ ਰਹੀ ਆ, ਮੀਂਹ ਪੈਂਦਾ ਪੂਰਾ, ਅਤੇ ਸਾਹ ਲੈਣ 'ਚ ਆਕਸੀਜਨ ਲੈਣ 'ਚ ਮਾੜੀ ਕਮੀ ਹੁੰਦੀ ਹੈ, ਔਖਾ ਹੁੰਦਾ, ਤਾਂ ਕਰਕੇ ਬਲੌਗ ਘੱਟ ਬਣਦਾ ਵਾ। ਫਿਰ ਵੀ ਤੁਸੀਂ ਐਡਜਸਟ ਕਰ ਲਿਓ, ਕੋਈ ਚੱਕਰ ਨਹੀਂ ਹੈ। ਬਾਕੀ ਤੁਸੀਂ ਬਲੌਗ ਨੂੰ ਸਾਰਿਆਂ ਨੇ ਪਿਆਰ ਦੇਣਾ ਵਾ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਲਓ ਜੀ, ਆਪਾਂ ਰਸਤੇ 'ਚ ਸਟੇਅ ਕੀਤਾ ਸੀ, ਉਰੇ ਆਪਾਂ ਨੇ ਪਰੌਂਠੇ ਕਰਾਏ ਸੀ, 10 ਮਿੰਟ ਹੋ ਗਏ ਵੇਟ ਕਰਦੇ ਨੂੰ, ਪਰੌਂਠੇ ਨਹੀਂ ਆਏ। ਬੰਦੇ ਸਾਡੇ ਅੱਗੇ ਨਿਕਲ ਗਏ, 4 ਕਿਲੋਮੀਟਰ ਹਜੇ ਅੱਗੇ ਜਾਣਾ। ਆਪਾਂ ਆਏ ਹਾਂ ਅਤੇ ਉਰੇ ਪਰੌਂਠੇ, ਰੋਹਨ ਪਰੌਂਠੇ ਖਾਣ ਲੱਗੇ। ਓ ਕੱਲਾ ਕੱਲਾ ਜੀ? ਹਾਂਜੀ, ਆਪਣੀ ਯਾਤਰਾ ਲਗਾਤਾਰ ਸਟਾਰਟ, ਤੁਹਾਨੂੰ ਪਤਾ ਹੀ ਹੈ ਜਿਵੇਂ ਅਤੇ ਆਪਾਂ 4 ਕਿਲੋਮੀਟਰ ਆ ਗਏ ਹਾਂ ਗੋਮੀ ਧਾਮ ਤੋਂ, ਅਤੇ 2 ਕਿਲੋਮੀਟਰ ਦਾ ਟਰੈਕ ਹੋਰ ਰਹਿ ਗਿਆ, ਉਹ ਵੀ ਆਪਾਂ ਲਗਾਤਾਰ ਚੱਲੀ ਜਾਂਦੇ ਹਾਂ ਦਮ ਲੈ ਕੇ। ਬਾਕੀ ਸਾਹ ਪੂਰਾ ਚੜ੍ਹਦਾ ਉਰੇ, ਸਾਹ ਪੂਰਾ ਚੜ੍ਹਦਾ ਉਰੇ, ਨਾਮ ਚੜਿਆ ਪਿਆ ਪਰ ਰੁਕਣਾ ਨਹੀਂ, ਤਾਂ ਹੀ ਫਿਰ ਆਪਾਂ ਦਰਬਾਰ ਸਾਹਿਬ ਪਹੁੰਚ ਸਕਾਂਗੇ, ਅਰਦਾਸ 'ਚ ਸ਼ਾਮਿਲ ਵੀ ਹੋਣਾ। ਅੱਧੇ ਮੈਂਬਰ ਆਪਣੇ ਪਿੱਛੇ ਰਹਿ ਗਏ ਆ, 2-3 ਮੈਂਬਰ ਆਪਣੇ ਮੂਹਰੇ ਆ। ਚਲੋ ਅੱਗੇ ਜਾ ਕੇ ਮਿਲਦੇ ਹਾਂ, ਚੱਲ। ਹਾਂਜੀ ਹਾਂਜੀ, ਜਿਵੇਂ ਤੁਹਾਨੂੰ ਪਤਾ ਹੀ ਹੈ ਜੀ, ਆਪਣੀ ਆਪਾਂ ਗੋਮੀ ਧਾਮ ਤੋਂ ਸ਼੍ਰੀ ਹੇਮਕੁੰਟ ਸਾਹਿਬ ਲਈ ਟਰੈਕ ਸਟਾਰਟ ਕੀਤਾ ਜੀ, ਜਿਵੇਂ ਕਿ ਯਾਤਰਾ ਓਕੇ ਜੀ, 6 ਕਿਲੋਮੀਟਰ ਦਾ ਟਰੈਕ ਸੀ, ਪੂਰੀ ਚੜ੍ਹਾਈ ਜੀ ਐਨ ਖੜੀ ਚੜ੍ਹਾਈ ਆ ਬਾਈ, ਅਤੇ 4 ਕਿਲੋਮੀਟਰ ਆਪਾਂ ਆ ਚੁੱਕੇ ਹਾਂ, 4 ਕਿਲੋਮੀਟਰ ਆਪਾਂ 4.5 ਕਿਲੋਮੀਟਰ ਆ ਚੁੱਕੇ ਹਾਂ, 1.5 ਕਿਲੋਮੀਟਰ ਰਹਿ ਗਿਆ ਹੋਰ, ਉਹੀ ਮਤਲਬ ਕਿੰਨੇ ਕੁ ਦਾ 1.5 ਘੰਟਾ ਕੁ ਆਪਾਂ ਨੂੰ ਹੋਰ ਲੱਗ ਜਾਣਾ ਬਾਈ, ਘੰਟਾ ਲੱਗ ਜਾਣਾ। ਅਤੇ ਬਾਕੀ ਫਿਰ ਤੁਹਾਨੂੰ ਦਰਬਾਰ ਸਾਹਿਬ ਪਹੁੰਚ ਗਏ, ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ, ਵਲੌਗ ਨੂੰ ਸਪੋਰਟ ਕਰਨੀ ਪੂਰੀ, ਅਤੇ ਨਾਲੇ ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਆਓ ਸ਼ੇਅਰ ਲਾਈਕ ਕਮੈਂਟ ਕਰਿਓ ਜ਼ਰੂਰ, ਉਹਦੇ ਨਾਲ ਤੁਹਾਡਾ ਭਾਈ ਮੋਟੀਵੇਟ ਹੁੰਦਾ, ਅਤੇ ਯਾਤਰਾ 'ਤੇ ਜ਼ਰੂਰ ਆਓ। ਹਾਂ, ਯਾਤਰਾ ਚਾਲੂ ਆ, ਯਾਤਰਾ ਚਾਲੂ ਆ, ਗੁਰੂ ਘਰ ਆਓ, ਦਰਸ਼ਨ ਕਰੋ, ਨਾਲੇ ਡਰੋ ਨਾ ਵੀ, ਹਾਂ ਬਹੁਤ ਚੜ੍ਹਾਈ ਆ, ਕੋਈ ਚੱਕਰ ਨਹੀਂ, ਬਾਬਿਆਂ ਨਾਲ ਲੈ ਕੇ ਚੜ੍ਹੀ ਜਾਓ, ਚੜ੍ਹੀ ਜਾਓ। ਚਲੋ ਆਪਾਂ ਹੁਣ ਮਿਲਦੇ ਹਾਂ, ਮੈਨੂੰ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਵਾਉਂਦੇ ਹਾਂ, ਚਲੋ। ਲਓ ਵੀ ਮਿੱਤਰੋ, ਆਪਾਂ ਦਰਬਾਰ ਸਾਹਿਬ ਪਹੁੰਚਣ ਵਾਲੀ ਹਾਂ, ਤਕਰੀਬਨ 1 ਕਿਲੋਮੀਟਰ ਰਹਿ ਗਿਆ ਬਸ ਪਹੁੰਚਣ ਨੂੰ, ਅਤੇ ਇੱਧਰ ਬਰਫ਼ ਵੀ ਚੈੱਕ ਕਰ ਸਕਦੇ ਤੁਸੀਂ, ਬਰਫ਼ ਵੀ ਆ ਗਈ,
ਇਹ ਜਿਹੜਾ ਪਾਣੀ ਰੁੜਦਾ ਵਾ ਇੰਨਾ ਠੰਡਾ, ਜ਼ਿਆਦਾ ਬੂਟਾਂ 'ਚ ਵੜਦਾ ਵਾ, ਬਹੁਤ ਠੰਡਾ ਲੱਗਦਾ। ਇੰਨਾ ਤਾਂ ਆਪਣੀ ਘਰਾਂ ਦੀਆਂ ਫਰਿੱਜਾਂ ਵਿੱਚ ਨਹੀਂ ਹੁੰਦਾ। ਆਹ ਰੋਹਨ ਵੀ ਆ ਗਿਆ, ਪਾਣੀ ਚੈੱਕ ਕਰੋ। ਉਹ ਵੀਰਾ ਆਹ ਚੈੱਕ ਕਰੋ ਕਿੰਨਾ ਘੰਟਾ ਵਿਊ ਆ। ਬਾਕੀ ਆਹ ਚੈੱਕ ਕਰੋ, ਚੱਲਦੇ ਹਾਂ ਅੱਗੇ। ਚਲੋ ਆਪਾਂ ਕਿਲੋਮੀਟਰ ਪਾਰ ਕਰਕੇ ਹੁਣ ਦਰਬਾਰ ਸਾਹਿਬ ਮਿਲਾਂਗੇ। ਬਾਕੀ ਰੋਹਣ ਕਹਿੰਦਾ ਫੋਟੋ ਖਿੱਚ ਲਓ ਵੀ ਮਿੱਤਰੋ। ਬਰਫ਼ ਚੱਕ ਲਈ ਆਪਾਂ ਨੇ ਉੱਥੋਂ, ਪੱਟ ਲਿਆਂਦੀ ਚੱਕ ਲੈ ਵੀ ਬਰਫ਼ ਫੜ ਬਰਫ਼ ਹੱਥ 'ਚ ਚੱਕ ਕਰਾ ਫੋਟੋ। ਆਹ ਚੱਕ ਮੁੰਡੇ ਦੀ ਖਿੱਚਦੀ ਫੋਟੋ, ਠੰਡੀ ਤਾਂ ਨਹੀਂ, ਠੰਡੀ ਤਾਂ ਨਹੀਂ। ਹਾਂਜੀ ਕਿੱਦਾਂ ਲੱਗਦਾ ਉਰੇ ਆ ਕੇ? ਮਸਤ ਲੱਗ ਰਿਹਾ ਹੈ, ਬਰਫ਼ ਠੰਡੀ ਆ। ਚੜ੍ਹਾਈ ਕਿੰਨੀ ਕਾ? ਬਹੁਤ ਹੀ ਉੱਚੀ ਹੈ। ਕਿੱਦਾਂ ਲੱਗ ਰਿਹਾ ਤੈਨੂੰ? ਕਿੱਦਾਂ ਦਾ ਲੱਗ ਰਿਹਾ ਹੁਣ? ਮਸਤ ਲੱਗ ਰਿਹਾ ਹੈ। ਬਰਫ਼ ਕਰਨ ਨੂੰ ਲੈ ਜਾ, ਹੁਣ ਲੈ ਜਾ। ਉਹ ਵੀ ਮਿੱਤਰੋ ਦੇਖ ਲਓ, ਜਵਾਕ ਵੀ ਆਏ ਹੋਏ ਦੇਖ ਲਾ। ਆਹੀ ਹੈ ਵੀਰੇ ਆਪਣੇ ਲੋਕ ਵੀ, ਇੱਧਰੋਂ ਜਵਾਕ ਵੀ ਆਏ ਹੋਏ ਦੇਖ ਲਓ ਉਰੇ। ਤੁਸੀਂ ਵੀ ਆਇਆ ਕਰੋ, ਡਰੇ ਨੇ ਆਇਆ ਕਰੋ, ਚੜ੍ਹਾਈਆਂ ਚੜ੍ਹੀਆਂ ਤੋਂ। ਵਾਹਿਗੁਰੂ ਵਾਹਿਗੁਰੂ ਕਰਦੇ ਜਾਵਾਂਗੇ ਤਾਂ ਚੜ੍ਹੀ ਜਾਵਾਂਗੇ। ਅਜੇ ਬਹੁਤ ਉੱਪਰ ਆਊਂ ਤਾਂ ਅਸੀਂ ਆਕਸੀਜਨ ਦੀ ਬਹੁਤ ਕਮੀ ਆ ਨਾ ਵੀਰੇ, ਆਕਸੀਜਨ ਦੀ ਲੋੜ ਆ ਉੱਪਰ। ਹਾਂਜੀ ਪਰ ਸਾਨੂੰ ਹਾਂਜੀ ਆਕਸੀਜਨ ਦੀ ਲੋੜ ਨਹੀਂ ਹੈ, ਸਾਨੂੰ ਪਰਮਾਤਮਾ ਜਿਹਦੇ ਕੋਲ ਜਾ ਰਿਹਾ ਨਾ ਉਹੀ ਸਾਨੂੰ ਦੇ ਰਿਹਾ ਆਕਸੀਜਨ। ਲੋਕੀ ਕਹੀ ਜਾਂਦੇ ਨੇ ਵੀ ਉਰੇ ਆਕਸੀਜਨ ਨਹੀਂ ਹੈਗੀ, ਹਾਂ ਵੀ ਆਕਸੀਜਨ ਚੱਲਦੀ ਉਹਨਾਂ ਨਾਲ, ਉਹਨਾਂ ਨਾਲ ਹੀ ਚੱਲਦੀ ਆ। ਬਾਕੀ ਤੁਸੀਂ ਵਿਊ ਚੈੱਕ ਕਰੋ, ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਅਸੀਂ ਕਿੰਨੀ ਕੁ ਉੱਪਰ ਨਾ ਬੱਦਲ ਐਨ ਲਵੇ ਹੀ ਲੱਗਦੇ ਆ। ਬੱਦਲਾਂ ਤਾਂ ਉੱਤੇ ਹੀ ਆ ਬਾਈ, ਉੱਤੇ ਹੀ ਆ, ਇਹ ਤਾਂ ਹੋਰ ਉੱਪਰ ਜਾਣਾ, ਫਿਰ ਗਲੇਸ਼ੀਅਰ ਦੇ ਪਾਣੀ 'ਚ ਇਸ਼ਨਾਨ ਵੀ ਕਰਨਾ ਬਾਈ। ਹਾਂਜੀ ਪਾਣੀ 'ਚ ਇਸ਼ਨਾਨ ਵੀ ਕਰਨਾ ਆਪਾਂ ਨੇ, ਮਤਲਬ ਪੈਰ ਉੱਪਰ ਜਾ ਕੇ ਕਾਬਾ ਜੜਾ ਤਾਂ ਸਹੀ ਗੱਲ ਆ। ਜ਼ਿੰਦਗੀ ਵਿੱਚ ਸ੍ਰੀ ਗੁਰੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਹੋ ਗਏ ਤਾਂ ਬਹੁਤ ਆ ਨਾ ਵੀਰੇ। ਕਿੱਥੇ ਉਹ ਮੈਂਬਰ ਦੇਖੋ ਸਾਡਾ ਕਿੱਥੇ ਜਾਂਦਾ, ਕੈਮਰੇ 'ਚ ਵੀ ਨਹੀਂ ਕੈਪਚਰ ਹੁੰਦਾ ਇੰਨੀ ਉੱਪਰ। ਬਾਕੀ ਆ ਬਰਫ਼ ਪਈ ਹੋਈ ਆ, ਬਾਕੀ ਮੀਂਹ ਕਰਕੇ ਮਾੜੀ ਮੋਟੀ ਖੁਰ ਗਈ ਆ। ਆਓ ਜੀ ਬਾਬੇ, ਉਹ ਦੋ ਦੋ ਫੁੱਟ ਬਰਫ਼ ਖੜੀ ਆ, ਦੇਖੋ ਚੈੱਕ ਕਰੋ ਤੁਸੀਂ। ਆਪਣਾ ਬੰਦਾ ਖੜਾ ਰੋਹਨ 5 ਫੁੱਟ ਦਾ, ਦੇਖੋ ਦੇਖੋ ਮੋਢਿਆਂ ਤੱਕ ਆਉਂਦੀ ਉਹਦੇ ਬਰਫ਼, 3-3 ਫੁੱਟ ਬਰਫ਼ ਆ। ਆਹ ਦੇਖੋ ਵਿੱਚ ਵੀ ਨਹੀਂ ਜਾਂਦਾ। ਆ ਚੈੱਕ ਕਰੋ, ਰਾਹ ਚੜੀਏ ਬੰਦੇ ਬੜੀ ਅੱਗੇ ਲਾਂਗੇ ਨੇ, ਪੱਟੀ ਵੀ ਨਹੀਂ ਜਾਂਦੀ ਦੇਖ ਲਓ, ਇੰਨੀ ਕੈੜੀ ਆ, ਖੁਰਦੀ ਖੜਦੀ ਨਹੀਂ ਹੈਗੀ ਦੇਖੋ। ਪੱਟੀ ਨਹੀਂ ਜਾਂਦੀ ਯਾਰ, ਕੈੜੀ ਪਈ ਹੈ, ਡੌਂਗਾ ਬਰਫ਼ ਦਾ ਇਹ।
ਬਾਕੀ ਚਲੋ ਆਹ ਉਰੇ ਹੋਟਲ 'ਤੇ ਖੜ੍ਹੇ ਸੀ, ਉਰੇ ਆਪਾਂ ਸਟਿੰਗ ਪੁੱਛੀ ਆ 70 ਰੁਪਏ ਦੀ ਆ, ਇਹ ਤੋਂ ਥੱਲੇ ਹੈਗੀ ਸੀ 50 ਰੁਪਏ ਦੀ, ਹੁਣ ਉਰੇ ਪਤਾ ਕਰਕੇ 70 ਰੁਪਏ ਦੀ, ਇੰਨਾ ਰੇਟ ਵੱਧ ਗਿਆ ਉਰੇ, ਬਹੁਤ ਫਰਕ ਆ ਥੱਲੇ ਨਾਲੋਂ, ਕਿਤੇ 20 ਕਿਤੇ 70। ਲਓ ਵੀ ਮਿੱਤਰੋ ਤੁਹਾਨੂੰ ਦੱਸਿਆ ਸੀ ਵੀ ਦਰਬਾਰ ਸਾਹਿਬ ਕਿਲੋਮੀਟਰ ਰਹਿ ਗਿਆ, ਦਰਬਾਰ ਸਾਹਿਬ ਬਹੁਤ ਉੱਪਰ ਆ, ਹਜੇ ਵੀ 1 ਕਿਲੋਮੀਟਰ ਹੀ 10 ਕਿਲੋਮੀਟਰ ਦੇ ਬਰਾਬਰ ਆ। ਬਾਕੀ ਤੁਸੀਂ ਪਾਣੀ ਚੈੱਕ ਕਰੋ, ਆਪਾਂ ਬੱਦਲਾਂ ਦੇ ਉੱਪਰ ਐਨ, ਬੱਦਲ ਤਾਂ ਥੱਲੇ ਰਹਿ ਗਏ, ਚੈੱਕ ਕਰ ਸਕਦੇ ਹੋ, ਬੱਦਲ ਤਾਂ ਥੱਲੇ ਰਹਿ ਗਏ, ਬਾਕੀ ਪਾਣੀ ਆਹ ਚੱਲਦਾ, ਪਾਣੀ ਤੁਸੀਂ ਬੱਦਲ ਚੈੱਕ ਕਰੋ ਕਿੰਨੀ ਥੱਲੇ ਰਹਿ ਗਏ ਆ। ਬਾਕੀ ਹੁਣ ਆਪਾਂ ਆਪਣੀ ਸੂਟੀ ਚੱਕ ਲਈ, ਇਹਦੇ ਬਿਨਾਂ ਕੰਮ ਨਹੀਂ ਚੱਲਦਾ। ਬੱਦਲ ਚੈੱਕ ਕਰੋ ਜੀ ਕਿੰਨੇ ਥੱਲੇ ਆ, ਤੁਹਾਨੂੰ ਕੈਮਰੇ 'ਚ ਮੈਂ ਦਿਖਾ ਨਹੀਂ ਸਕਦਾ ਵੀ ਕਿੰਨੀ ਜੰਨਤ ਆ ਰਹੇ, ਬਹੁਤ ਵਧੀਆ ਫੀਲਿੰਗ ਆਏ ਨਾ। ਬਾਕੀ ਪਹਿਲਾਂ ਆਪਾਂ ਦਰਬਾਰ ਸਾਹਿਬ ਜਾ ਆਈਏ, ਫਿਰ ਆਉਂਦੇ ਹੋਏ ਆਪਾਂ ਰੀਲ ਬਣਾਵਾਂਗੇ ਕੋਈ, ਹੁਣ ਆਪਣੇ ਕੋਲ ਟਾਈਮ ਘੱਟ ਆ, ਆਪਾਂ ਦਰਬਾਰ ਸਾਹਿਬ ਜਾ ਕੇ ਅਰਦਾਸ ਵੀ ਸੁਣਨੀ ਆ। ਬਾਕੀ ਆਪਾਂ ਚੱਲਦੇ ਹਾਂ, ਬਾਕੀ ਤੁਸੀਂ ਬੱਦਲ ਚੈੱਕ ਕਰੋ, ਕੁਝ ਨਹੀਂ ਦਿਖਦਾ ਹੈਗਾ ਕੈਮਰੇ 'ਚ ਵੀ ਨਹੀਂ ਕੁਝ ਦਿਖਦਾ, ਅੱਖਾਂ ਨਾਲ ਤਾਂ ਤੁਹਾਨੂੰ ਪਤਾ ਹੀ, ਅੱਖਾਂ ਨਾਲ ਜਿਹੜਾ ਵਿਊ ਆ ਉਹ ਕੈਮਰੇ 'ਚ ਆਪਾਂ ਨਹੀਂ ਦਿਖਾ ਸਕਦੇ ਇੰਨਾ। ਬਾਕੀ ਤੁਸੀਂ ਚੜ੍ਹਾਈ ਚੈੱਕ ਕਰੋ, ਆਪਾਂ ਹੁਣ ਚੜ੍ਹਾਈ ਚੱਲ ਲਈਏ, ਵਲੌਗ ਅੱਗੇ ਸਟਾਰਟ ਕਰਦੇ ਹਾਂ। ਹਾਂਜੀ, ਆਪਾਂ ਜਿਉਂ ਜਿਉਂ ਉੱਪਰ ਜਾਈ ਜਾਂਦੇ ਹਾਂ ਤਾਂ ਟੈਂਪਰੇਚਰ ਬਹੁਤ ਘੱਟਦਾ, ਇੰਨਾ ਸਾਹ ਚੜ੍ਹਿਆ ਪਿਆ। ਬਾਕੀ ਆਹ ਝਰਨਾ ਚੱਲਦਾ ਨਾਲ, ਤੁਸੀਂ ਦੇਖ ਸਕਦੇ ਹੋ ਬੱਦਲ ਤਾਂ ਥੱਲੇ ਰਹਿ ਗਏ ਕਾਫੀ, ਆਪਾਂ ਇੰਨਾ ਉੱਪਰ ਆ ਗਏ ਹਾਂ, ਸਾਹ ਦੀ ਤਾਂ ਪ੍ਰੋਬਲਮ ਹੋਊਗੀ। ਉਹ ਆਪਾਂ 20-50 ਪੌੜੀਆਂ ਚੜ੍ਹਦੇ ਹਾਂ, ਸਾਹ ਚੜ੍ਹਦੇ ਹਾਂ ਪੂਰਾ, ਧੜਕਾਂ ਤੇਜ਼ ਹੁੰਦੀ ਆ। ਬਾਕੀ ਆਪਣੇ ਕੋਲ ਰੀਲ ਬਣਾਉਣ ਵਾਲਾ ਕੋਈ ਬੰਦਾ ਹੈ ਨਹੀਂ ਹੈ ਜੀ, ਆਉਂਦੇ ਆਪਾਂ ਰੀਲ ਬਣਾ ਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਉਰੇ ਇੰਨੀ ਠੰਡ ਆ ਮੈਂ ਦੱਸ ਨਹੀਂ ਸਕਦਾ, ਆਕਸੀਜਨ ਲੈਵਲ ਤਾਂ ਜਮਾਂ ਹੀ ਲੋਅ ਆ ਆਪਣੇ ਨਾਲ, ਤਾਂ ਸਾਹ ਹੀ ਨਹੀਂ ਆਉਂਦਾ ਉਰੇ, ਜਮਾਂ ਹੀ ਕੁਝ ਦਿਖਦਾ ਹੀ ਨਹੀਂ, ਬੱਦਲ ਥੱਲੇ ਹੀ ਰਹਿ ਗਏ, ਪਤਾ ਨਹੀਂ ਲੱਗਦਾ ਵੀ ਬੱਦਲਾਂ 'ਚ ਹੀ ਫਿਰੀ ਜਾਂਦੇ ਹਾਂ ਐਂ ਲੱਗਦਾ। ਚਲੋ ਚੱਲਦੇ ਹਾਂ, ਬਾਕੀ ਆਪਾਂ ਬੱਦਲ ਤਾਂ ਸਾਰੇ ਥੱਲੇ ਹੀ ਰਹਿ ਗਏ, ਐਂ ਲੱਗਦਾ ਵੀ ਬੱਦਲਾਂ ਦੇ ਉੱਪਰੇ ਫਿਰਦੇ ਹਾਂ। ਦੇਖੋ ਤੁਸੀਂ ਚੈੱਕ ਕਰੋ, ਵਾਹਿਗੁਰੂ ਕੋਈ ਦੇਖਦਾ ਹੀ ਨਹੀਂ ਹੈਗਾ ਥੱਲੇ, ਤਾਂ ਆਪਣੇ ਬੰਦੇ ਨੂੰ ਵੀ ਨਹੀਂ ਪਛਾਣ ਸਕਦੇ ਆਪਾਂ ਥੱਲੇ, ਇੰਨੀ ਧੁੰਦ ਆ।
ਆਕਸੀਜਨ ਲੈਵਲ ਤਾਂ ਜਮ੍ਹਾਂ ਹੀ ਲੋਅ ਆ ਰਹੀ, ਠੰਡ ਵੀ ਹੈਗੀ ਕਾਫੀ, ਸਾਹ ਵੱਧ ਚੜ੍ਹਦਾ। ਚਲੋ ਆਪਾਂ ਉੱਪਰ ਜਾ ਕੇ ਮਿਲਦੇ ਹਾਂ। ਸਤਿ ਸ੍ਰੀ ਅਕਾਲ, ਵਾਹਿਗੁਰੂ, ਸਤਨਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਸ਼੍ਰੀ ਹੇਮਕੁੰਟ ਸਾਹਿਬ ਪਹੁੰਚ ਗਏ ਹਾਂ। ਸਾਹਮਣੇ ਤੁਹਾਨੂੰ ਦਰਬਾਰ ਸਾਹਿਬ ਵੀ ਦੇਖਣ ਨੂੰ ਮਿਲੇਗਾ। ਸਾਹਮਣੇ ਦਰਬਾਰ ਸਾਹਿਬ, ਅਤੇ ਆਪਾਂ ਜਸਟ ਹੁਣੇ ਪਹੁੰਚੇ ਹਾਂ। ਬਾਕੀ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ। ਵਾਹਿਗੁਰੂ, ਯਾਤਰਾ ਸਫਲ ਹੋ ਗਈ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਸਾਹਿਬ 'ਤੇ ਆਪਾਂ ਪਹੁੰਚ ਗਏ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾਲ ਆਪਾਂ ਉਰੇ ਤੱਕ ਪਹੁੰਚੇ ਹਾਂ, ਅਤੇ ਬਾਰਿਸ਼ ਹੁੰਦੀ ਆ ਹੁਣ। ਰੱਬ ਦੀ ਕਿਰਪਾ ਨਾਲ ਆਪਾਂ ਯਾਤਰਾ ਸਫਲ ਕਰ ਲਈ ਆ। ਹੁਣ ਆਪਾਂ ਇਸ਼ਨਾਨ ਕਰਾਂਗੇ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ। ਵਾਹਿਗੁਰੂ, ਪੂਰਾ ਹਨੇਰਾ ਹੋਣ ਪਿਆ ਹੈ ਨਾ, ਮਤਲਬ ਕਿ ਬੱਦਲ ਪੂਰੇ ਐਨ ਧੁੰਦ ਧੁੰਦ ਹੋਈ ਪਈ ਆ। ਹੁਣ ਵਾਹਿਗੁਰੂ ਜੀ ਦਾ ਨਾਂ ਲੈ ਕੇ ਆਪਾਂ ਇਸ਼ਨਾਨ ਕਰਾਂਗੇ। ਸਰੋਵਰ ਆ ਗਿਆ। ਸਤਿ ਸ੍ਰੀ ਅਕਾਲ। ਅਤੇ ਦਰਬਾਰ ਸਾਹਿਬ ਆ, ਅਤੇ ਆਹ ਸਰੋਵਰ ਆ ਗਿਆ। ਆਪਾਂ ਵਾਹਿਗੁਰੂ ਦਾ ਨਾਂ ਲੈ ਕੇ ਇਸ਼ਨਾਨ ਕਰਾਂਗੇ। ਚਲੋ, ਬਾਕੀ ਆਪਣੇ ਨਾਲ ਦੇ ਵੀਰੇ ਉਹਨੇ ਪਿੱਛੇ ਨੇ ਅਜੇ ਮਾੜਾ ਜਿਹਾ, ਆਪਾਂ ਉਹਨਾਂ ਦੀ ਵੇਟ ਕਰਦੇ ਹਾਂ, ਫਿਰ ਆਪਾਂ ਕਰਦੇ ਹਾਂ ਇਸ਼ਨਾਨ। ਅਤੇ ਇਸ਼ਨਾਨ ਕਰਦੇ ਹਾਂ। ਚਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ, ਬਾਬਾ ਜੀ ਦਾ ਆਪਾਂ ਨੇ ਪ੍ਰਸਾਦ ਲੈ ਲਿਆ ਸ਼੍ਰੀ ਹੇਮਕੁੰਟ ਸਾਹਿਬ ਤੋਂ। ਹੁਣ ਸਕਦੇ ਹਾਂ, ਉਰੇ ਲਾਈਨ ਲੱਗੀ ਹੋਈ ਆ, ਅਤੇ ਦਰਸ਼ਨ ਆਪਾਂ ਕਰ ਲਿਆ, ਅਰਦਾਸ ਵੀ ਸੁਣ ਲਈ ਆ। ਹੁਣ ਆਪਾਂ ਕਰਨੀ ਆ ਵਾਪਸੀ, ਅਤੇ ਆਪਾਂ ਵਲੌਗ ਵੀ ਖਤਮ ਕਰਨਾ ਵਾ। ਬਾਕੀ ਆਪਾਂ ਪ੍ਰਸਾਦਾ ਪਾਣੀ ਸਕਦੇ ਹਾਂ, ਅਤੇ ਵਲੌਗ ਦਾ ਐਂਡ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂ ਵੀ ਰੋਹਨ ਦਰਸ਼ਨ ਵਧੀਆ ਹੋ ਗਏ ਦਰਬਾਰ ਸਾਹਿਬ ਦੇ, ਬਹੁਤ ਵਧੀਆ ਹੋਏ ਨੇ ਅਤੇ ਇਸ਼ਨਾਨ ਇਸ਼ਨਾਨ ਵੀ ਫੁੱਲ ਵਧੀਆ ਹੋਇਆ ਅਤੇ ਦਰਸ਼ਨ ਤਾਂ ਉਦੋਂ ਨਾਲੋਂ ਵੀ ਵਧੀਆ ਵਧੀਆ ਹੋਏ ਨੇ, ਅਰਦਾਸ ਵਧੀਆ ਅਰਦਾਸ ਵੀ ਟਾਈਮ ਨਾਲ ਆ ਗਏ ਵੀਰੇ, ਅਤੇ ਹੁਣ ਆਪਣੀ ਡੇਢ ਵੱਜਣੇ ਵਾਲੇ ਆ, ਆਪਾਂ ਹੁਣ ਵਾਪਸ ਜਾਣਾ, ਵਾਪਸੀ ਕਰਨੀ ਆ, ਘਾਟ ਜਾਣਾ ਵਾ ਆਪਾਂ ਡਾਇਰੈਕਟ, ਹੁਣ ਗੋਲ ਧਾਮ ਨਹੀਂ ਰੁਕਣਾ, ਘਾਟ ਜਾਣਾ ਸਿੱਧਾ ਹੀ, ਅਤੇ ਬਾਕੀ ਆਪਾਂ ਦਰਬਾਰ ਸਾਹਿਬ ਖੜ੍ਹੇ ਹਾਂ, ਆਪਾਂ ਦਰਸ਼ਨ ਕਰ ਲਏ, ਅਰਦਾਸ ਵੀ ਸੁਣੀ ਸੀ, ਅਰਦਾਸ ਦੇ ਟਾਈਮ 'ਤੇ ਆਪਾਂ ਪਹੁੰਚ ਗਏ ਸੀ, ਪਰ ਲੱਗਦਾ ਨਹੀਂ ਫਿਰ ਵੀ ਬਹੁਤ ਸਾਰਾ ਜਿਹੜੇ ਮਾਰਜ ਨੇ ਪਹੁੰਚਾਤਾ ਜੀ, ਅਤੇ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਏ ਸੀ, ਦਰਬਾਰ ਸਾਹਿਬ 'ਤੇ ਸਮਾਪਤੀ ਹੋ ਗਈ ਆ, ਹੁਣ ਆਪਾਂ ਚੱਲੇ ਹਾਂ ਵਾਪਸ, ਅਤੇ ਵਾਪਸੀ ਦੀ ਤਿਆਰੀ ਹੈ, ਅਤੇ ਆਪਾਂ ਉਹੀ ਆਪਣਾ ਬਲੌਗ ਖਤਮ ਕਰਦੇ ਹਾਂ, ਅਤੇ ਅੱਗੇ ਤੋਂ ਹੋਰ ਬਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਲਾਈਕ ਕਮੈਂਟ ਕਰਨਾ ਜ਼ਰੂਰ ਕਰਨਾ, ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਲੈਣਾ, ਯਾਤਰਾ 'ਤੇ ਜ਼ਰੂਰ ਪਹੁੰਚੋ, ਯਾਤਰਾ 'ਤੇ ਆਓ, ਵੱਧ ਤੋਂ ਵੱਧ ਕੋਈ ਇੰਨਾ ਹੈ ਨਹੀਂ, ਕੋਈ ਇੰਨਾ ਉਹ ਹੈ ਨਹੀਂ, ਜਵਾਕ ਵੀ ਆਉਂਦੇ ਆ, ਮੈਂ ਕਲਿੱਪਾਂ 6-6 ਸਾਲ ਦੇ ਬਾਈ ਜਵਾਕ ਚੜ੍ਹਦੇ ਨੇ, ਚੜ੍ਹਾਈ ਬਹੁਤ ਔਖੀ ਆ, ਪਰ ਮਤਲਬ ਕਿ ਮਹਾਰਾਜ ਨਾ ਲੈ ਕੇ ਚੜ੍ਹੀ ਜਾਓ, ਮਾਰਚ ਪਹੁੰਚਾ ਦਿੰਦਾ, ਅਤੇ ਤੁਸੀਂ ਆਓ ਦਰਸ਼ਨ ਕਰੋ ਮਹਾਰਾਜ ਜੀ ਘਰ ਆਓ, ਸਾਲ 'ਚ ਇੱਕ ਵਾਰ ਤਾਂ ਖੁੱਲ੍ਹਣਾ ਹੁੰਦਾ ਵਾ ਦਰਬਾਰ ਸਾਹਿਬ, ਬਾਕੀ ਹੁਣ ਆਪਾਂ ਚੱਲਦੇ ਹਾਂ ਵਾਪਸ, ਅਤੇ ਆਪਣਾ ਬਲੌਗ ਉਰੀ ਖਤਮ, ਅਤੇ ਹੁਣ ਜੇ ਬਾਈ ਚਾਂਸ ਆਪਾਂ ਰਿਸ਼ੀਕੇਸ਼ ਰੁਕੇ ਅਤੇ ਉੱਥੇ ਵੀ ਆਪਾਂ ਬਣਾ ਲਵਾਂਗੇ ਲਹਿਦਾ ਬਲੌਗ, ਟਾਈਮ ਬਚਿਆ ਤਾਂ ਰੁਕੇ, ਟਾਈਮ ਬਚਿਆ ਤਾਂ, ਅਤੇ ਆਪਾਂ ਹੁਣ ਜਾਂਦੇ ਹਾਂ ਗੋਬਿੰਦ ਘਾਟ ਜਾਂਦੇ ਹਾਂ, ਅਤੇ ਮੋਰ ਬਲੌਗ ਦੇਖਣ ਲਈ ਚੈਨਲ ਨੂੰ ਕਰਨਾ ਸਬਸਕ੍ਰਾਈਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।